ਸਭ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣੇ ਦੋਸਤ ਜਿਹੜੇ ਕਾਰਨ ਆਇਲਾ ਦੇ ਫੈਨਸ ਹੈਗੇ ਨੇ ਉਹਨਾਂ ਵਾਸਤੇ ਇੱਕ ਬਹੁਤ ਹੀ ਵਧੀਆ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੋਸ਼ਲ ਮੀਡੀਆ ਉੱਪਰ ਇੱਕ ਖਬਰ ਕਾਫੀ ਇਹਦਾ ਵਾਇਰਲ ਹੋ ਰਹੀ ਹੈ ਇੱਕ ਖਬਰ ਹੈਗੀ ਇਸ ਕਾਰਨ ਆਇਲਾ ਦੀ ਐਲਬਮ ਦੇ ਬਾਰੇ ਅਣ ਸਭ ਤੋਂ ਪਹਿਲਾਂ ਜਾਣਕਾਰੀ ਦੇ ਦੇਣਾ ਕਿ ਕਾਰਨ ਆਇਲਾ ਦੀ ਐਲਬਮ ਦੇ ਵਿੱਚੋਂ ਪਹਿਲਾ ਗਾਣਾ ਜਿਹੜਾ ਹੈਗਾ ਉਨ ਦਾ ਟੀਜ਼ਰ ਰਿਲੀਜ਼ ਹੋ ਸਕਦਾ ਹੈ ਅਗਲੇ 10 ਦਿਨਾਂ ਦੇ ਵਿੱਚ ਜੀ ਆਂ ਦੋਸਤੋ 17 ਜੂਨ ਤੱਕ ਇਹ ਟੀਜ਼ਰ ਰਿਲੀਜ਼ ਹੋ ਸਕਦਾ ਹੈ ਸੋਸ਼ਲ ਮੀਡੀਆ ਉੱਪਰ ਤੇ ਕਰਨ ਔਜਲਾ ਇਹਦੇ ਬਾਰੇ ਛੇਤੀ ਹੀ ਜਾਣਕਾਰੀ ਦੇ ਸਕਦੇ ਨੇ ਹੁਣ ਦੋਸਤੋ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਤੁਹਾਨੂੰ ਆਸ ਨੇ ਦੋਸਤੋ ਸਿੱਧੂ ਮੂਸੇਵਾਲਾ ਵੱਲੋਂ ਇੱਕ ਰਿਕਾਰਡ ਤੋੜ ਐਲਬਮ ਰਿਲੀਜ਼ ਕੀਤੀ ਗਈ ਸੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਐਵੇਂ ਦੀ ਐਲਬਮ ਨਾ ਤਾਂ ਕਦੇ ਆਈ ਤੇ ਨਾ ਹੀ ਕਦੇ ਆਏਗੀ ਕਿਉਂਕਿ ਦੋਸਤੋ 2 ਸਾਲਾਂ ਬਾਅਦ ਵੀ ਇਹ ਐਲਬਮ ਨੰਬਰ 1 ਤੇ ਬਣੀ ਹੋਈ ਹੈ ਸਪੋਟੀਫਾਈ ਦੇ ਟੌਪ ਐਲਬਮ ਇੰਡੀਆ ਚਾਰਟ ਦੇ ਵਿੱਚ ਜੀ ਆਂ ਦੋਸਤੋ ਚਾਹੇ ਤੁਸੀਂ ਵੀਕਲੀ ਚਾਰਟ ਦੇਖ ਲੋ ਚਾਹੇ ਮੰਥਲੀ ਚਾਰਟ ਦੇਖ ਲੋ ਚਾਹੇ ਤੁਸੀਂ ਇਅਰਲੀ ਚਾਰਟ ਦੇਖ ਲੋ ਇਹ ਐਲਬਮ ਟੌਪ ਤੇ ਆ ਜੀ ਨਾ ਮੋਸਟੇਪ ਸਪੋਟੀਫਾਈ ਨੇ ਇੱਕ ਵਾਰੀ ਫੇਰ ਇਸ ਨੂੰ ਟੌਪ ਐਲਬਮ ਡਿਕਲੇਅਰ ਕਰਤਾ ਹੈ ਜੋ ਸਿੱਧੂ ਮੂਸੇਵਾਲੇ ਦੇ ਫੈਨਸ ਵਾਸਤੇ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਪਿਆਰ ਕਰਨ ਵਾਲਿਆਂ ਵਾਸਤੇ ਬਹੁਤ ਹੀ ਵਧੀਆ ਖਬਰ ਹੈ ਯਾਨੀ ਕਿ ਸਿੱਧੂ ਮੂਸੇਵਾਲਾ ਆਪਣੇ ਵਿੱਚ ਆਲੇ ਨਹੀਂ ਹੈ ਗੱਲ ਲੇਕਿਨ ਸਿੱਧੂ ਮੂਸੇਵਾਲੇ ਦੇ ਨਾਂ ਹੋਣ ਕਰਕੇ ਵੀ ਸਿੱਧੂ ਮੂਸੇਵਾਲੇ ਨੇ ਵੱਡੇ ਵੱਡੇ ਰਿਕਾਰਡ ਤੋੜ ਕੇ ਰੱਖ ਦਿੱਤੇ ਨੇ ਮੋਸਟੇਪ ਐਲਬਮ ਤੋ ਨਵਾਂ ਰਿਕਾਰਡ ਬਣਾ ਰਹੀ ਤੇ ਸਦੂ ਮੂਸੇਵਾਲ ਦੇ ਗਾਣੇ ਜਿਹੜੇ ਹੈਗੇ ਨੇ ਬਿਲਬੋਰਡ ਤੇ ਉਪਰ ਤੁਹਾਨੂੰ ਪਤਾ ਹੀ ਹੋਏਗਾ ਇੱਕ ਰੀਸੈਂਟਲੀ ਗਾਣਾ ਉਹਨਾਂ ਦਾ ਆਇਆ ਸੀ ਲੈਵਲ ਤੇ ਹੁਣ ਦੋਸਤੋ ਮੋਸਟ ਟੇਪ ਨੇ ਇੱਕ ਵਾਰੀ ਫੇਰ ਰਿਕਾਰਡ ਥੋੜਾ ਦੋ ਸਾਲਾਂ ਬਾਅਦ ਹੈ ਟੌਪ ਤੇ ਆਈਏ ਤੁਹਾਡਾ ਇਹਦੇ ਬਾਰੇ ਦੋਸਤੋ ਕੀ ਕਹਿਣਾ ਕਮੈਂਟ ਸੈਕਸ਼ਨ ਚ ਆਪਣੀ ਰਾਏ ਜ਼ਰੂਰ ਦਿਓ ਤੇ ਹੋਰ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ